ਅੰਮ੍ਰਿਤਸਰ ਦੇ ਵਿੱਚ ਵਕੀਲਾਂ ਨੇ ਅੱਜ ਟ੍ਰੈਫਿਕ ਪੁਲਿਸ ਦੇ ਖਿਲਾਫ ਧਰਨਾ ਲਾਇਆ। ਵਕੀਲਾਂ ਨੇ ਕੁਰਸੀਆਂ ਸੜਕ ਦੇ ਵਿੱਚ ਹੀ ਡਾਲੀਆਂ ਅਤੇ ਟ੍ਰੈਫਿਕ ਬੰਦ ਕਰ ਦਿੱਤਾ। ਵਕੀਲਾਂ ਦਾ ਆਰੋਪ ਹੈ ਕਿ ਚਲਾਨ ਕੱਟਣ ਦੇ ਨਾਂ 'ਤੇ ਪੁਲਿਸ ਵਕੀਲਾਂ ਨੂੰ ਪਰੇਸ਼ਾਨ ਕਰ ਰਹੀ ਹੈ, ਜਦੋਂ ਕਿ ਉਹਨਾਂ ਕੋਲ ਪੂਰੇ ਕਾਗਜ਼ ਹੁੰਦੇ ਨੇ, ਇਸ ਦੇ ਬਾਵਜੂਦ ਵੀ ਚਲਾਨ ਕੱਟ ਦਿੱਤੇ ਜਾਂਦੇ ਨੇ। ਚਲਾਨ ਕੱਟਣ ਦੇ ਨਾਂ 'ਤੇ ਲੋਕਾਂ ਕੋਲੋਂ ਵਸੂਲੀ ਕੀਤੀ ਜਾ ਰਹੀ ਹੈ। ਇੰਨੇ ਦੇ ਵਿੱਚ ਹੀ ਉੱਥੇ 3 ਨੌਜਵਾਨ ਆ ਜਾਂਦੇ ਨੇ, ਜਿਹੜੇ ਕਿ ਵਕੀਲਾਂ ਨਾਲ ਬਹਿਸਣ ਲੱਗ ਪੈਂਦੇ ਨੇ। ਵਕੀਲਾਂ ਦਾ ਆਰੋਪ ਹੈ ਕਿ ਇਹਨਾਂ ਨੌਜਵਾਨਾਂ ਨੇ ਉਹਨਾਂ ਦੇ ਉੱਤੇ ਅਟੈਕ ਕੀਤਾ, ਜਿਸ ਤੋਂ ਬਾਅਦ ਵਕੀਲਾਂ ਨੇ ਇਹਨਾਂ ਦੀ ਖਾਸੀ ਧੁਨਾਈ ਵੀ ਕੀਤੀ ਹੈ। ਵੀਡੀਓ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇਹਨਾਂ ਦੀ ਫੈਂਟੀ ਲਾਈ ਜਾ ਰਹੀ ਹੈ। ਵਕੀਲਾਂ ਦਾ ਆਰੋਪ ਹੈ ਕਿ 2 ਬੰਦੇ ਫੜ ਲਏ ਗਏ ਨੇ ਅਤੇ 3ਰਾ ਬੰਦਾ ਜਿਹੜਾ ਕਿ ਭੱਜ ਗਿਆ, ਉਹਦੇ ਕੋਲ ਰਿਵਾਲਵਰ ਸੀ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਪ੍ਰਦੀਪ ਸੈਣੀ ਦਾ ਕਹਿਣਾ ਹੈ ਕਿ 1 ਹਮਲਾਵਰ ਦੇ ਕੋਲ ਪਿਸਤੌਲ ਸੀ, ਜਦੋਂ ਵਕੀਲ ਉਹਨੂੰ ਫੜਨ ਲੱਗੇ ਤਾਂ ਉਹ ਭੱਜ ਗਿਆ। ਜਿਹੜੇ 2 ਨੌਜਵਾਨ ਉਹਦੇ ਨਾਲ ਆਏ ਸੀ, ਉਹਨਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪ੍ਰਦੀਪ ਸੈਣੀ, ਪ੍ਰੈਜ਼ੀਡੈਂਟ ਅੰਮ੍ਰਿਤਸਰ ਬਾਰ ਐਸੋਸੀਏਸ਼ਨ। ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਅੰਮ੍ਰਿਤਸਰ ਦੇ ਵਿੱਚ ਚਲਾਨਾਂ ਦੇ ਨਾਂ ਦੇ ਉੱਤੇ ਕਮਿਸ਼ਨਰ ਸਾਹਿਬ ਦਾ ਨਾਮ ਮਿਸਯੂਜ਼ ਕੀਤਾ ਜਾ ਰਿਹਾ। ਆਮ ਨਾਗਰਿਕ ਨੂੰ ਛੱਡੋ, ਵਕੀਲਾਂ ਨੂੰ ਤੰਗ ਕੀਤਾ ਜਾ ਰਿਹਾ। ਕੱਲ੍ਹ ਇੱਕ ਲੋਇਰ ਦੀ RC ਪਾੜ ਦਿੱਤੀ, ਇੱਕ ਲੋਇਰ ਦੀ ਉਹਨੇ ਜਦੋਂ ਚੌਂਕ 'ਚ ਗਿਆ ਉਹਨੂੰ ਕਹਿੰਦਾ ਤੁਹਾਡੇ ਕਾਗਜ਼ ਤਾਂ ਪੂਰੇ ਨੇ, ਪਰ ਸਾਨੂੰ ਕਮਿਸ਼ਨਰ ਸਾਹਿਬ ਨੇ ਕਿਹਾ ਕਿ 500 ਚਲਾਨ ਕਰੋ। ਇਹ ਵੇਖੋ, ਕਹਿੰਦੇ ਜੀ ਅਸੀਂ ਸੀਟ ਬੈਲਟ ਦਾ ਚਲਾਨ ਕਰਦੇ ਹਾਂ। ਬੜੀ ਸ਼ਰਮ ਨਾਲ ਹੈ ਕਿ ਜਦੋਂ ਪਿਛਲੇ ਕਮਿਸ਼ਨਰ ਸਾਹਿਬ ਨੇ ਸਟਿੱਕਰ ਚੇਂਜ ਕਰਵਾਏ, ਇਸੇ ਕਾਰਨ ਕਰਵਾਏ ਕਿ ਉਹਦੇ 'ਤੇ ਲੋਇਰ ਦਾ ਨਾਮ ਟੈਲੀਫੋਨ ਨੰਬਰ ਹੋਏਗਾ, ਲੇਕਿਨ ਉਹਦੇ ਬਾਵਜੂਦ ਵੀ ਅੱਜ ਸ਼ਹਿਰ ਦੇ ਵਿੱਚ ਟ੍ਰੈਫਿਕ ਦੇ ਨਾਂ ਦੇ ਉੱਤੇ ਸਿਰਫ ਪੈਸੇ ਵਸੂਲੇ ਜਾ ਰਹੇ ਆ। ਔਰ ਉਹਦੀ ਹੱਦ ਦੇਖੋ ਕਿ ਅੱਜ ਸਵੇਰੇ ਜਦੋਂ ਅਸੀਂ ਤਾਂ ਧਰਨੇ 'ਤੇ ਬੈਠੇ ਹਾਂ, ਕੁਝ ਗੁੰਡਾ ਐਲੀਮੈਂਟ ਆਉਂਦੇ ਨੇ, 3-2 ਫੜ ਲਏ ਨੇ, ਇੱਕ ਜਿਹਦੇ ਕੋਲ ਰਿਵਾਲਵਰ ਹੀ ਭੱਜ ਗਿਆ, ਗੱਡੀ 'ਚੋਂ ਸਲੱਗਰ ਮਿਲੇ ਹੈ, ਹਾਰਨ ਲੱਗਾ ਹੈ, ਵਾਕੀ ਟੋਕੀ ਹੈ, ਔਰ ਉਹ ਇੰਟੈਂਸ਼ਨਲੀ ਇੱਥੇ ਅਟੈਕ ਕਰਨ ਵਾਸਤੇ ਆਏ। ਔਰ ਮੈਂ ਹੈਰਾਨ ਹਾਂ ਕਿ ਉਹਦੇ ਬਾਵਜੂਦ ਵੀ ਪੁਲਿਸ ਸਾਇਲੈਂਟ ਹੈ। ਇਹ ਧਰਨਾ ਉਨੀ ਦੇਰ ਤੱਕ ਚੱਲੇਗਾ ਜਿੰਨੀ ਦੇਰ ਤੱਕ ਇਸ ਚੀਜ਼ ਦਾ ਨਿਤਾਰਾ ਨਹੀਂ ਹੋ ਜਾਵੇ। ਇਹ ਤੁਸੀਂ ਟੈਲੀਵਿਜ਼ਨ ਕਵਰ ਕਰ ਰਹੇ ਸੀ, ਤੁਸੀਂ ਵੇਖਿਆ ਕਿ ਜੇ ਨਾ ਮੇਰੇ ਐਡਵੋਕੇਟ ਸਨ ਤਾਂ ਮੈਨੂੰ ਤਾਂ ਕੋਈ ਵੀ ਨੁਕਸਾਨ ਕਰ ਸਕਦੇ ਸੀ। ਕੁਛ ਨਹੀਂ ਹੋ ਰਿਹਾ ਜੀ, 2 ਵਾਰੀ ਪੁਲਿਸ ਅਫਸਰ ਨੇ ਆ ਕੇ ਇੱਥੇ ਡਾਇਰੈਕਸ਼ਨ ਇਸ਼ੂ ਕੀਤੀਆਂ, ਪਰ ਉਹਦੇ ਬਾਵਜੂਦ ਵੀ ਇੱਥੇ ਕੁਛ ਨਹੀਂ ਹੋ ਰਿਹਾ। ਕਿਓਸ ਹੈ, ਕੋਈ ਵੀ ਬੰਦਾ ਲਿਆ ਕੇ ਇੱਥੇ ਕੁਛ ਰੱਖ ਸਕਦਾ ਅਤੇ ਬਲਾਸਟ ਹੋ ਸਕਦਾ। ਸੋ ਆਈ ਐਮ ਸੋਰੀ, ਜਿੰਨੀ ਦੇਰ ਤੱਕ ਇਹ ਸਾਰੇ ਮਸਲੇ ਨਹੀਂ ਹੱਲ ਹੋਣਗੇ, ਵਕੀਲ ਅੱਜ ਸੜਕ 'ਤੇ ਬੈਠੇ ਰਹਿਣ।